ਸਸਿਗਾਲ ਜੀ ਤੁਸੀਂ ਦੇਖ ਰਹੇ ਹੋ ਗੁਰੂ ਨਾਨਕ ਸੋਲਰ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ 3 ਕਿਲੋਵਾਟ ਹਾਈਬ੍ਰਿਡ ਸਿਸਟਮ ਦੀ ਫਿਟਿੰਗ ਇਹ ਜਿਹੜੀ ਫਿਟਿੰਗ ਆਪਾਂ ਕਰ ਰਹੇ ਹਾਂ ਇਹ ਹੈਗੀ ਆ ਪਿੰਡ ਡੁਲਟ ਪਿੰਡ ਕਾਲਾ ਫਗਾਨਾ ਦੇ ਲਾਗੇ ਔਰ ਇਹ ਹਾਈਬ੍ਰਿਡ ਸਿਸਟਮ ਜਿਹੜਾ ਹੈ 24 ਵੋਲਟ 3 ਕਿਲੋਵਾਟ ਦਾ ਇੱਥੇ ਦਿਖਾ ਰਹੇ ਹਾਂ ਆਪਾਂ ਲਗਾ ਰਹੇ ਹਾਂ ਔਰ ਤੁਸੀਂ ਇਹ ਦੇਖੋਗੇ ਜਿਹੜਾ ਇਹ ਸਟੈਂਡ ਲੱਗਾ ਹੋਇਆ ਹੈ ਇਹ ਥੋੜਾ ਹੈਵੀ ਸਟੈਂਡ ਹੈਗਾ ਜਿਹਦੇ ਵਿੱਚ ਆਪਾਂ ਜਿਹੜਾ ਪੈਨਲ ਯੂਜ਼ ਕਰਦੇਵੇਂ ਇਹ ਟ੍ਰੀਨਾ ਦਾ 500 ਵਾਟ ਦਾ ਇਹ ਪੈਨਲ ਹੈਗਾ ਟ੍ਰੀਨਾ ਦਾ ਮੋਨੋਪਰਕ ਹਾਫ ਕੱਟ 500 ਵਾਟ ਦਾ ਪੈਨਲ ਹੈ ਜਿਹਦਾ ਕਿ ਸਾਈਜ਼ ਥੋੜਾ ਵੱਡਾ ਹੁੰਦਾ ਉੱਥੇ ਆਪਾਂ ਤਿੰਨ ਤਿੰਨ ਪਰਲੇਨਾ ਯੂਜ਼ ਕਰਦੇ ਆਂ ਇਹਦੇ ਥੱਲੇ ਔਰ ਇਹ ਤੁਸੀਂ ਦੇਖ ਰਹੇ ਹੋ ਗੈਲੈਕਸੀ 3 ਕਿਲੋਵਾਟ ਦਾ ਇਨਵਰਟਰ ਜਿਹੜਾ ਕਿ 24 ਵੋਲਟ ਦੇ ਵਿੱਚ ਹੈਗਾ ਇਹ ਦੀ ਪੂਰੀ ਅਨਬਾਕਸਿੰਗ ਦੀ ਵੀਡੀਓ ਆਪਾਂ ਪਹਿਲਾਂ ਪਾ ਚੁੱਕੇ ਆਂ ਤੁਸੀਂ ਅਗਰ ਦੇਖਣਾ ਚਾਹੋ ਤੇ ਉਹ ਤੁਸੀਂ ਸਾਡੇ ਚੈਨਲ ਦੇ ਉੱਤੇ ਦੇਖ ਸਕਦੇ ਹੋ ਗੁਰੂ ਨਾਨਕ ਸੋਲਰ YouTube ਚੈਨਲ ਦੇ ਉੱਤੇ ਤੁਸੀਂ 3kW ਹਾਈਬ੍ਰਿਡ ਇਨਵਰਟਰ ਨੂੰ ਅਨਬਾਕਸਿੰਗ ਦੇਖ ਸਕਦੇ ਹੋ ਔਰ ਇਹ ਪਹਿਲੀ ਇੰਸਟਾਲੇਸ਼ਨ ਹੈ 3kW ਦੀ ਜਿਹੜੀ ਤੁਸੀਂ ਸਿਰਫ ਸਾਡੇ ਚੈਨਲ ਤੇ ਦੇਖ ਰਹੇ ਹੋ ਇਹ ਸੈਲਕਰੋਨਿਕ ਦਾ 3kW 24V ਦੇ ਵਿੱਚ ਇਹ ਸਿਸਟਮ ਹੈਗਾ ਔਰ ਇਹ ਇਨਵਰਟਰ ਦੀ ਖਾਸੀਅਤ ਹੈ ਕਿ ਸਭ ਤੋਂ ਛੋਟਾ ਮਾਡਲ ਹੈ ਸੈਲਕਰੋਨਿਕ ਦਾ ਜਿਹੜਾ ਕਿ ਔਨ ਗ੍ਰਿਡ ਵੀ ਆਫ ਗ੍ਰਿਡ ਵੀ ਦੋਨੇ ਤਰ੍ਹਾਂ ਨਾਲ ਕੰਮ ਕਰਦਾ ਹੈ ਬਹੁਤ ਸਾਰੇ ਲੋਕਾਂ ਦੀ ਕੁਐਸਚਨਿੰਗ ਆਂਦੀ ਹੈ ਕਿ ਸਰ ਹਾਈਬ੍ਰਿਡ ਸਿਸਟਮ ਦਾ ਕੀ ਫਾਇਦਾ ਹੈ ਹਾਈਬ੍ਰਿਡ ਦਾ ਸਭ ਤੋਂ ਵੱਡਾ ਫਾਇਦਾ ਹੈ ਕਿ ਜਿਸ ਟਾਈਮ ਲਾਈਟ ਹੈਗੀ ਹੈ ਇਹ ਉਸ ਟਾਈਮ ਵੀ ਕੰਮ ਕਰਦਾ ਹੈ ਔਰ ਜਦੋਂ ਲਾਈਟ ਬੰਦ ਹੋ ਜਾਂਦੀ ਹੈ ਇਹ ਸਿਸਟਮ ਉਦੋਂ ਵੀ ਕੰਮ ਕਰਦਾ ਹੈ ਤੁਹਾਡਾ ਔਰ ਲਾਈਟ ਬੰਦ ਹੋਣ ਤੇ ਸਿਰਫ ਤੁਹਾਡੇ ਘਰ ਨੂੰ ਲਾਈਟ ਦੇਊਗਾ ਗਵਰਨਮੈਂਟ ਨੂੰ ਲਾਈਟ ਸੇਲ ਨਹੀਂ ਕਰੂਗਾ ਠੀਕ ਹੈ ਇਹ ਹਾਈਬ੍ਰਿਡ ਦਾ ਹੀ ਐਡਵਾਂਟੇਜ ਹੈ ਔਰ ਇਹ ਤੁਸੀਂ ਦੇਖਦੇ ਹੋ 300 ਦਾ 500 ਵਾਟ ਦਾ ਮੋਡਿਊਲ ਹੈਗਾ ਇਹ ਥੱਲੇ ਦੀਏ ਬਸ ਬਾਅਰਸ ਹੈਗੀਆਂ ਨੇ ਕਨੈਕਸ਼ਨ ਵਗੈਰਾ ਸਾਰੇ ਕੰਪਲੀਟ ਹੋ ਚੁੱਕੇ ਨੇ ਵਾਇਰਿੰਗ ਕੰਪਲੀਟ ਹੋ ਚੁੱਕੀ ਆ ਆਲਮੋਸਟਲੀ ਵਾਇਰਿੰਗ ਦਾ ਜਿਹੜਾ ਕੰਮ ਚੱਲ ਰਿਹਾ ਵਾ ਥੱਲੇ ਬਾਕੀ ਆਲਮੋਸਟ ਪੂਰੀ ਸਾਈਡ ਕੰਪਲੀਟ ਹੋ ਚੁੱਕੀ ਆ ਤੁਸੀਂ ਦੇਖ ਰਹੇ ਹੋ ਜਿਹੜਾ ਪੈਨਲ ਦੇ ਨੀਚੇ ਜਿਹੜੇ ਆ ਕਨੈਕਸ਼ਨ ਜਿਹੜੇ ਆ ਸਾਰੀ ਵਾਇਰਿੰਗ ਕੰਪਲੀਟ ਹੋ ਚੁੱਕੀ ਆ ਬਾਕੀ ਐਡਵਾਂਟੇਜ ਦੀ ਗੱਲ ਕਰ ਰਹੀ ਸੀਗੀ ਆਪਾਂ 3 ਕਿਲੋਵਾਟ ਦੀ ਕਿ ਇਹ 3 ਕਿਲੋਵਾਟ ਦਾ ਸਿਸਟਮ ਜਿਨ੍ਹਾਂ ਨੂੰ ਜਿਨ੍ਹਾਂ ਦੀ ਯੂਜ਼ਸ ਬਹੁਤ ਘੱਟ ਰਹਿੰਦੀ ਹੈ ਉਹਨਾਂ ਵਾਸਤੇ ਇਹ ਬਹੁਤ ਵਧੀਆ ਸਿਸਟਮ ਹੈ ਕਿ ਉਹ ਆਨ ਗ੍ਰਿਡ ਵੀ ਚੱਲਦਾ ਰਹੂਗਾ ਆਫ ਗ੍ਰਿਡ ਵੀ ਚੱਲਦਾ ਰਹੂਗਾ ਉਹਨਾਂ ਦਾ ਸਾਰਾ ਦਾ ਸਾਰਾ ਲੋਡ ਜਿਹੜਾ ਹੈ ਵਾ ਲਾਈਟ ਰਹਿਣ ਤੇ ਵੀ ਚੱਲੂਗਾ ਲਾਈਟ ਬੰਦ ਹੋਣ ਤੇ ਵੀ ਚੱਲੂਗਾ ਕਿਉਂਕਿ ਜਿੰਨੇ ਵੀ ਜ਼ਿਆਦਾਤਰ ਲੋਕਾਂ ਨੇ ਪਿੰਡਾਂ ਥਾਵਾਂ ਦਾ ਏਰੀਆ ਵਾ ਉਥੇ ਸਭ ਤੋਂ ਵੱਡੀ ਸਮੱਸਿਆ ਇਹ ਆਂਦੀ ਹੈ ਕਿ ਲਾਈਟ ਬੰਦ ਹੋ ਜਾਂਦੀ ਹੈ ਔਰ ਜਿਨ੍ਹਾਂ ਨੇ ਆਨ ਗ੍ਰਿਡ ਲਗਾਏ ਹੋਏ ਨੇ ਉਹਨਾਂ ਲਈ ਸਭ ਤੋਂ ਵੱਡੀ ਦਿੱਕਤ ਹੈ ਕਿ ਜਦੋਂ ਲਾਈਟ ਬੰਦ ਰਹਿੰਦੀ ਹੈ ਪੂਰੇ ਦਾ ਪੂਰਾ ਸਿਸਟਮ ਵੀ ਬੰਦ ਰਹਿੰਦਾ ਹੈ ਇਸ ਕਰਕੇ ਉਹਨਾਂ ਨੂੰ ਐਡਵਾਈਸ ਕਰਦਾ ਮੈਂ ਕੀ ਪਿੰਡਾਂ ਦੇ ਵਿੱਚ ਹਮੇਸ਼ਾ ਇਹ ਲੋਕ ਔਨ ਗ੍ਰਿਡ ਦੀ بجائے ਹਾਈਬ੍ਰਿਡ ਸਿਸਟਮ ਨੂੰ ਪ੍ਰੇਫਰੈਂਸ ਦੇਣ ਤਾਂ ਜੋ ਉਹਨਾਂ ਦਾ ਜਿਹੜਾ ਸਾਰਾ ਲੋਡ ਹੈਗਾ ਉਹ ਚੱਲਦਾ ਰਹੇ ਜਦੋਂ ਲਾਈਟ ਕਿਉਂਕਿ ਮੈਕਸਿਮਮ ਲਾਈਟ ਗਰਮੀਆਂ ਦੇ ਵਿੱਚ ਤੇ ਬੰਦ ਹੋਣੀ ਆ ਪਾਵਰ ਕਟ ਤੇ ਲੱਗਣੀ ਆ ਇਸ ਕਰਕੇ ਉਹਨਾਂ ਲੋਕਾਂ ਨੂੰ ਮੇਰੀ ਪਰਸਨਲ ਐਡਵਾਈਸ ਹੈ ਕਿ ਉਹ ਸਿਰਫ ਤੇ ਸਿਰਫ ਹਾਈਬ੍ਰਿਡ ਸਿਸਟਮ ਨੂੰ ਹੀ ਰეკਮੈਂਡ ਕਰਨ ਆਪਣੇ ਘਰਾਂ ਦੇ ਵਿੱਚ ਲਗਾਉਣ ਲਈ ਬਾਕੀ ਚੈਨਲ ਤੇ ਅਗਰ ਪਹਿਲੀ ਵਾਰ ਹੀ ਆਇਓ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਇਸ ਚੈਨਲ ਤੇ ਸੋਲਰ ਦੀ ਇਨਫੋਰਮੇਸ਼ਨ ਦੀਆਂ ਹੀ ਵੀਡੀਓਜ਼ ਤੁਹਾਨੂੰ ਮਿਲਣਗੀਆਂ ਔਰ ਇਹ ਆਫ ਗ੍ਰਿਡ ਔਨ ਗ੍ਰਿਡ ਹਾਈਬ੍ਰਿਡ ਇਨਵਰਟਰ ਜਿਹੜੇ ਆ ਸਾਡੇ ਕੋਲ ਅਵੇਲੇਬਲ ਮਿਲਦੇ ਨੇ ਕਿਸੇ ਨੂੰ ਵੀ ਚਾਹੀਦਾ ਹੋਵੇਗਾ ਸਾਡੇ ਨੰਬਰ ਡਿਸਕ੍ਰਿਪਸ਼ਨ ਚ ਦਿੱਤੇ ਆ ਔਰ ਸਾਨੂੰ ਕਾਲ ਕਰਕੇ ਕੋਈ ਵੀ ਇਨਵਰਟਰ ਪਰਚੇਸ ਕਰ ਸਕਦੇ ਨੇ ਅਗਰ ਕੋਈ ਪਲਾਂਟ ਲਗਾਉਣਾ ਹੋਏ ਤਾਂ ਵੀ ਪੰਜਾਬ ਦੇ ਵਿੱਚ ਕਿਤੇ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਆਪਾਂ ਪੂਰੇ ਪੰਜਾਬ ਦੇ ਵਿੱਚ ਜਿਹੜੀ ਆਪਣੀ ਸਰਵਿਸ ਦਿੰਨੇ ਆ ਔਰ ਇਸੇ ਤਰ੍ਹਾਂ ਦੀ ਵੀਡੀਓਜ਼ ਦੇਖਣ ਲਈ ਚੈਨਲ ਤੇ ਹਮੇਸ਼ਾ ਬਨੇ ਰਹੋ ਔਰ ਆਉਣ ਵਾਲੀ ਇੱਕ ਹੋਰ ਵੀਡੀਓ ਲੈ ਕੇ ਆਵਾਂਗੇ ਜਿਦੇ ਵਿੱਚ ਆਪਾਂ ਤੁਹਾਨੂੰ ਇਹਦੀ ਇੰਸਟਾਲੇਸ਼ਨ ਦਿਖਾਵਾਂਗੇ ਪਲੱਸ ਇਹਦੇ ਤੇ ਲੋਡ ਵਗੈਰਾ ਚਲਾ ਕੇ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਕਿ ਇਹ ਕਿੰਨਾ ਲੋਡ ਚਲਾਉਂਦਾ ਹੈ ਇਹ ਬਾਕੀ ਇਨਵਰਟਰ ਦੀ ਫਿਟਿੰਗ ਤੁਸੀਂ ਵੇਖ ਚੁੱਕੇ ਹੋ ਕਿਉਂਕਿ 5 ਕਿਲੋਵਾਟ ਗੈਲੈਕਸੀ ਔਰ 3 ਕਿਲੋਵਾਟ ਗੈਲੈਕਸੀ ਦੀ ਫਿਟਿੰਗ ਆਲਮੋਸਟ ਸੇਮ ਹੈ ਫੀਚਰ ਆਲਮੋਸਟ ਸੇਮ ਹੈ ਬਟ ਫਿਰ ਵੀ ਇਹਦੇ ਉੱਤੇ ਤੁਹਾਨੂੰ ਆਉਣ ਵਾਲੇ ਟਾਈਮ 'ਚ ਲੋਡ ਚਲਾ ਕੇ ਦਿਖਾਵਾਂਗੇ ਕਿ ਕਿੰਨਾ ਲੋਡ ਜਿਹੜਾ ਚਲਾ ਸਕਦਾ ਔਰ ਇੱਥੇ ਜਿਹੜੀ ਆਪਾਂ ਬੈਟਰੀ ਯੂਜ਼ ਕੀਤੀ ਹੈ ਐਡਵਿਨ ਦੀ ਸੋਲਰ ਬੈਟਰੀ ਹੈ ਬਹੁਤ ਵਧੀਆ ਬੈਟਰੀ ਇਹ ਵੀ ਐਡਵਨ ਨੇ ਬਣਾਈ ਹੈ 60 ਮਹੀਨੇ ਵਾਰੰਟੀ ਦੇ ਵਿੱਚ ਇਹ ਹੈਗੀ ਹੈ ਇਹਦੀ ਵੀ ਇੱਕ ਵੀਡੀਓ ਆਉਣ ਵਾਲੇ ਦਿਨਾਂ ਚ ਲੈ ਕੇ ਆਵਾਂਗੇ ਐਡਵਨ ਦੀ ਵੀ ਅਨਬਾਕਸਿੰਗ ਵੀਡੀਓ ਬੈਟਰੀ ਦੀ ਲੈ ਕੇ ਆਵਾਂਗੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ